ਭਾਖੜਾ ਨਹਿਰ ਮੇਨ ਜਿਹੜੀ ਸਰਹੰਦ ਤੋਂ ਅੱਗੇ ਰਾਜਸਥਾਨ ਤੱਕ ਜਾਂਦੀ ਹੈ ਉਹ ਨਹਿਰ ਦੇ ਉੱਤੇ ਖੜਿਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪਾਣੀ ਆਉਂਦਾ ਜਾਂ ਕਿਸੇ ਇਸ ਨਹਿਰ ਦੇ ਵਿੱਚ ਆਉਂਦਾ ਔਰ ਅੱਜ ਇਹ ਪਿੰਡ ਸਹਿਜਾਦਪੁਰ ਇੱਕ ਪਾਸੇ ਹਰਲਾਲਪੁਰ ਪਿੰਡ ਇਸ ਪਿੰਡ ਦੇ ਜਿਹੜੀ ਪਿੱਛੇ ਮੇਨ ਝਾਲ ਬਣੀ ਹੋਈ ਹੈ ਪਾਣੀ ਦੀ ਬੜੀ ਜ਼ੋਰ ਨਾਲ ਜਿਹੜਾ ਜਿੱਥੇ ਪਾਣੀ ਡਿੱਗਦਾ ਉੱਥੇ ਦੇਖੋ ਤੁਸੀਂ ਸਾਹਮਣੇ ਇੱਕ ਜਿਹੜਾ ਪਾੜ ਹੈ ਉਹ ਪਾੜ ਪੈ ਰਿਹਾ ਔਰ ਪਿਛਲੇ ਸਮੇਂ ਵੀ ਇਹ ਪਾੜ ਪਿਆ ਔਰ ਅੱਜ ਇਹ ਪਾੜ ਫਿਰ ਟੁੱਟਣ ਦੀ ਤਿਆਰੀ ਹੈ ਪਰ ਇੱਥੇ ਅਸੀਂ ਮੌਜੂਦਾ ਜਿਹੜਾ ਇੱਥੇ ਦਾ ਬੇਲਦਾਰ ਲੱਗਿਆ ਉਹਦੇ ਨਾਲ ਉਹ ਬੇਲਦਾਰ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਅਫਸਰਾਂ ਨੂੰ ਧਿਆਨ 'ਚ ਲਿਆ ਚੁੱਕਿਆ ਪਰ ਕਿਸੇ ਨੇ ਮੇਰੀ ਸਾਡੀ ਕੋਈ ਅਫਸਰ ਨੇ 4-5 ਦਿਨ ਤੋਂ ਕੋਈ ਸੁਣਵਾਈ ਨਹੀਂ ਕਰ ਰਿਹਾ ਫਿਰ ਅਸੀਂ SDO ਐਕਸਨ ਨਾਲ ਗੱਲ ਕੀਤੀ ਤਾਂ ਐਕਸਚੇਂਜ ਸਾਹਿਬ ਕਹਿੰਦੇ ਸਾਡੇ ਕੋਲ ਤਾਂ ਹਾਲੇ ਤੱਕ ਕੋਈ ਰਿਪੋਰਟ ਹੀ ਨਹੀਂ ਆਈ ਸਾਨੂੰ ਕੋਈ ਪਤਾ ਨਹੀਂ ਤੁਸੀਂ ਸਾਨੂੰ ਫੋਟੋ ਭੇਜੋ ਦੇਖੋ ਅੱਜ ਹਾਲਾਤ ਕੀ ਬਣ ਗਏ ਇਹ ਜਿਹੜੀ ਪੱਕੀ ਨਹਿਰ ਹੈ ਜਿਹੜੀ ਇਹ ਭਾਖੜਾ ਨਹਿਰ ਮੇਨ ਇਸ ਨਹਿਰ ਦੇ ਉੱਤੇ ਜੇ ਪਾੜ ਪੈ ਜਾਂਦਾ ਅੱਜ ਇਹ ਪਾੜ ਟੁੱਟਣ ਨੂੰ ਬਿਲਕੁਲ ਤਿਆਰ ਹੈ ਕੱਲ੍ਹ ਨਾਲੋਂ ਅੱਜ 2-3 ਟਰਾਲੀਆਂ ਮਿੱਟੀ ਦੀਆਂ ਹੋਰ ਖੁਰ ਗਈਆਂ ਔਰ ਜੇ ਟੁੱਟਦਾ ਸਾਹਮਣੇ ਸਭ ਤੋਂ ਮੂਹਰੇ ਪਹਿਲਾਂ ਜਿਹੜਾ 100 ਗਜ਼ ਤੇ ਸਹਿਜਾਦਪੁਰ ਪਿੰਡ ਹੈ ਔਰ ਉਸਦੇ ਨਾਲ ਅੱਗੇ ਗੋਬਿੰਦਗੜ੍ਹ ਸ਼ਹਿਰ ਹੈ ਤਲਵਾੜਾ ਡਢੇੜੀ ਇਹ ਨਾਲ ਅੱਗੇ 10 ਕਿਲੋਮੀਟਰ ਦੇ ਖੰਨਾ ਇਹ ਇੰਨਾ ਪਾਣੀ ਮੈਂ ਸਮਝਦਾ ਇਹ ਤਕਰੀਬਨ 5-7 ਸ਼ਹਿਰਾਂ ਨੂੰ ਅੱਗੇ 20-25 ਪਿੰਡਾਂ ਨੂੰ ਐਡਾ ਨੁਕਸਾਨ ਕਰ ਸਕਦਾ ਜਾਨੀ ਮਾਲੀ ਨੁਕਸਾਨ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਇਨਸਾਨ ਦਾ ਜਿਹੜੇ ਰਹਿੰਦੇ ਨੇ ਲੋਕ ਉਹਨਾਂ ਦਾ ਨੁਕਸਾਨ ਇਹ ਸਾਰਾ ਨੁਕਸਾਨ ਮੈਂ ਸਮਝਦਾ ਇੱਕ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਜਿਹਨੂੰ ਇਲਾਕੇ ਦੇ ਲੋਕ ਪਿੱਟ ਮਰ ਗਏ ਕਹਿ ਕੇ ਵੀ ਇਹ ਸਾਡਾ ਠੀਕ ਕਰ ਦਿਓ ਤੁਸੀਂ ਕਿਉਂਕਿ ਹਾਲਾਤ ਅੱਜ ਇਹ ਇਸ ਕਰਕੇ ਬਣੇ ਕਿ ਜਿਹੜੀਆਂ ਨਹਿਰਾਂ ਨੇ ਇਹਨਾਂ ਨਹਿਰਾਂ ਦੀ ਜਿਹੜੀ ਸਫਾਈ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ 3-5-7 ਸਾਲ ਤੋਂ 15 ਸਾਲ ਤੋਂ ਇਹ ਨਹਿਰਾਂ ਜਿਹੜੀਆਂ ਪੱਕੀਆਂ ਨਹਿਰਾਂ ਜਿਨ੍ਹਾਂ ਨੂੰ ਬਜ਼ੁਰਗ ਕਹੇ ਕਰਦੇ ਸੀ ਵੀ ਇਹ ਪੱਕੀ ਨਹਿਰ ਆ ਅੱਜ ਦੇਖੋ ਕਿਨਾਰੀ ਦੇ ਉੱਤੇ ਦੇਖੋ ਕਿਵੇਂ ਬੁੱਟੀ ਖੜੀ ਆ ਪੱਕੀ ਸੜਕ ਪੱਕੀ ਕਿਨਾਰੀ ਦਿਖਦੀ ਹੋ ਨਹੀਂ ਬੜੀਆਂ ਬੜੀਆਂ ਟਾਹਲੀਆਂ ਵੱਡੇ ਵੱਡੇ ਪਿੱਪਲ ਤੂਤ ਉਹ ਦੇਖੋ ਤੂਤ ਕਿਵੇਂ ਖੜੇ ਨੇ ਵਿੱਚ ਪਿੱਪਲ ਖੜੇ ਨੇ ਇਹ ਵਿੱਚ ਖੜ ਕੇ ਕਿਸੇ ਨੇ ਇਹਦੀ ਸਫਾਈ ਨਹੀਂ ਕਰੀ ਔਰ ਜਿੱਥੇ ਦਰਖਤ ਜੰਮਦਾ ਉਹ ਦਰਖਤ ਉੱਥੋਂ ਜਿਹੜੀ ਆ ਨਹਿਰ ਨੂੰ ਪਾੜਦਾ ਔਰ ਪਾੜਨ ਤੋਂ ਬਾਅਦ ਫਿਰ ਉੱਥੇ ਪਾੜ ਪੈਂਦਾ ਅੱਜ ਪ੍ਰਸ਼ਾਸਨ ਔਰ ਖਾਸ ਤੌਰ 'ਤੇ ਸਾਡੀ ਸਰਕਾਰ ਜਿਹੜੀ ਨਹਿਰੀ ਡਿਪਾਰਟਮੈਂਟ ਦਾ ਮੰਤਰੀ ਹੈ ਇਹ ਸੁੱਤੇ ਪਏ ਨੇ AC ਕਮਰਿਆਂ ਦੇ ਵਿੱਚ ਲੈ ਰਹੇ ਨੇ ਨਜ਼ਾਰੇ ਔਰ ਜਿਹੜੇ ਅਫਸਰ ਨੇ ਉਹ ਲੱਖਾਂ ਰੁਪਈਆ ਤਨਖਾਹ ਲੈ ਰਹੇ ਨੇ ਔਰ ਜੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਹਾਲਾਂਕਿ ਡਿਊਟੀ ਇੱਕ ਬੇਲਦਾਰ ਤੋਂ ਲੈ ਕੇ ਐਕਸ਼ਨ ਤੱਕ ਡਿਊਟੀ ਉਹਦੀ ਇਹ ਬਣਦੀ ਹੈ ਜਿੰਨਾ ਕਿਸੇ ਦੇ ਕੋਲ ਇਲਾਕਾ ਉਹਦੀ ਇੱਕ ਜ਼ਿੰਮੇਵਾਰੀ SDO ਦੀ ਵੀ ਐਕਸ਼ਨ ਦੀ ਵੀ JEE ਦੀ ਵੀ ਬੇਲਦਾਰ ਦੀ ਵੀ ਪਰ ਅੱਜ ਕੋਈ ਵੀ ਬੇਲਗਾਮ ਹੋਏ ਪਿਆ ਡਿਪਾਰਟਮੈਂਟ ਕੋਈ ਆਪਣੀ ਜ਼ਿੰਮੇਵਾਰੀ ਸਮਝਣ ਨੂੰ ਤਿਆਰ ਨਹੀਂ ਮੈਂ ਸਮਝਦਾ ਅੱਜ ਮੁੱਖ ਮੰਤਰੀ ਸਾਹਿਬ ਤੋਂ ਮੈਂ ਇਹ ਮੰਗ ਕਰਦਾ ਵੀ ਜਿਹੜੇ ਵੀ ਅਫਸਰ ਦੀ ਡਿਊਟੀ ਬਣਦੀ ਹੈ ਇਲਾਕੇ ਦੇ ਵਿੱਚ ਪਹਿਲਾਂ ਤਾਂ ਉਹ ਅਫਸਰ ਨੂੰ ਕਟਹਿਰੇ ਦੇ ਵਿੱਚ ਖੜਾ ਕਰੋ ਜੇ ਕੱਲ੍ਹ ਨੂੰ ਇੱਥੇ ਕੋਈ ਮਰ ਗਿਆ ਕੋਈ ਇੱਥੇ ਇਲਾਕੇ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਉਹਦੀ ਕੌਣ ਭਰਪਾਈ ਕਰੂਗਾ ਉਹ ਅਫਸਰ ਭਰਪਾਈ ਕਰੂਗਾ ਅਫਸਰ ਨੇ ਤਾਂ ਇੱਥੇ ਖੜਾ ਛੜਾ ਕੇ ਮਤਲਬ ਕਿ ਅੱਗੇ ਆਪਣਾ ਲੰਘ ਜਾਣਾ ਲੋਕਾਂ ਦਾ ਨੁਕਸਾਨ ਹੋ ਜਾਣਾ ਕੌਣ ਜ਼ਿੰਮੇਵਾਰ ਹੈ ਨਾ ਸਰਕਾਰ ਨੇ ਪੁੱਛਣਾ ਨਾ ਅਫਸਰ ਨੇ ਪੁੱਛਣਾ ਨੁਕਸਾਨ ਲੋਕਾਂ ਦਾ ਹੋਣਾ ਸੋ ਅਸੀਂ ਅਗਾਊ ਇਹ ਗੱਲ ਕਹਿ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਮੌਜੂਦਾ ਸਰਕਾਰ ਨੂੰ ਵੀ ਜਿਹੜੇ ਅਫਸਰ ਦੀ ਡਿਊਟੀ ਬਣਦੀ ਆ ਜਿਹਦੇ ਕਾਰਨ ਅਣਗਹਿਲੀ ਹੋ ਰਹੀ ਆ ਪਹਿਲਾਂ ਤਾਂ ਉਹ ਅਫਸਰਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰੋ ਉਹਨਾਂ ਦੀ ਜਵਾਬ ਤਲਬੀ ਕਰੋ ਔਰ ਇਹ ਜਿਹੜੀ ਆ ਤੁਰੰਤ ਜਿਹੜੀ ਇਹਦੇ 'ਤੇ ਭਰਪਾਈ ਹੋਣੀ ਚਾਹੀਦੀ ਹੈ ਜਿਹੜਾ ਟੁੱਟਣ ਲੱਗਿਆ ਕਿਨਾਰਾ ਇਹਨੂੰ ਪੂਰਨਾ ਚਾਹੀਦਾ ਤਾਂ ਸਾਡੇ ਇਲਾਕੇ ਦਾ ਕੋਈ ਇਸ ਇਲਾਕੇ ਦਾ ਬਚਾਅ ਹੋ ਸਕਦਾ ਨਹੀਂ ਇਹ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਇੱਥੇ ਕਿਉਂਕਿ ਅੱਜ ਜਿਵੇਂ ਦੇ ਹਾਲਾਤ ਨਹਿਰ ਦੇ ਬਣ ਗਏ ਇਹ ਨਹਿਰ ਦੇ ਵਿੱਚ ਵੱਡੇ ਵੱਡੇ ਦਰਖਤ ਕਿਵੇਂ ਅਸੀਂ ਪਾਣੀ ਬਚਾਉਣ ਦੀਆਂ ਗੱਲਾਂ ਕਰਦੇ ਹਾਂ ਕਿਵੇਂ ਅਸੀਂ ਅੱਜ ਇੰਨਾ ਲੰਮਾ ਸਮਾਂ ਹੋ ਗਿਆ ਕਿਹੜੇ ਡਿਪਾਰਟਮੈਂਟ ਦੇ ਵਿੱਚ ਕੋਈ ਭਰਤੀ ਨਹੀਂ ਕੀਤੀ ਗਈ ਜਿਹੜੇ ਹੈਗੇ ਉਹ ਕੰਮ ਕਰਨ ਨੂੰ ਤਿਆਰ ਨਹੀਂ ਜਿਹੜੀਆਂ ਕਿਸੇ ਸਮੇਂ ਪਟੜੀਆਂ ਬਣੀਆਂ ਹੋਈਆਂ ਸੜਕ ਛੱਡ ਕੇ ਲੋਕ ਪਟੜੀ ਨੂੰ ਲੰਘਦੇ ਸੀ ਪਰ ਅੱਜ ਪਟੜੀਆਂ ਦੇ ਉੱਤੇ ਅਫਸਰ ਨਹਿਰ ਚੈੱਕ ਕਰਨ ਵਾਸਤੇ ਨਹੀਂ ਜਾ ਸਕਦਾ ਐਡੇ ਐਡੇ ਦਰਖਤ ਐਡੇ ਬੂਟੀ ਐਡੇ ਐਡੇ ਟੋਏ ਇਹਦੇ 'ਚ ਪੈ ਗਏ ਸੋ ਅਸੀਂ ਮੰਗ ਕਰਦੇ ਹਾਂ ਵੀ ਜੇ ਅਸੀਂ ਇਹ ਪਾਣੀ ਨੂੰ ਬਚਾਉਣਾ ਜੇ ਅਸੀਂ ਇਲਾਕੇ ਨੂੰ ਬਚਾਉਣਾ ਤਾਂ ਅਫਸਰ ਆਪਣੀ ਡਿਊਟੀ ਕਰਨ ਪ੍ਰਸ਼ਾਸਨ ਸਰਕਾਰ ਸੁਚੇਤ ਹੋਵੇ ਵੀ ਇਹ ਕਿਹੜੇ ਕਿਹੜੇ ਅਫਸਰ ਅਣਗਹਿਲੀ ਕਰ ਰਹੇ ਨੇ ਸੋ ਸਾਡੀ ਮੰਗ ਆ ਮੁੱਖ ਮੰਤਰੀ ਸਾਹਿਬ ਤੋਂ ਵੀ ਤੁਰੰਤ ਜਿਹੜੀ ਇਹ ਆ ਕੇ ਪੂਰਨ ਨਹੀਂ ਬਾਅਦ ਦੇ ਵਿੱਚ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਬਾਅਦ 'ਚ ਫਿਰ ਮੰਤਰੀ ਵੀ ਆਉਣਗੇ ਬਾਅਦ 'ਚ ਫਿਰ ਅਫਸਰ ਵੀ ਆਉਣਗੇ ਬਾਅਦ 'ਚ ਫਿਰ MLA ਵੀ ਆਉਣਗੇ ਜਦ ਨੁਕਸਾਨ ਹੋ ਗਿਆ ਫਿਰ ਅਸੀਂ ਕਿਸੇ ਨੂੰ ਫੋੜੇ 'ਤੇ ਲਾਉਣਾ ਫਿਰ ਅਸੀਂ ਸਾਡੇ ਸਾਨੂੰ ਕਿਸੇ ਤੋਂ ਕੀ ਲੈਣਾ ਪਹਿਲਾਂ ਆਉਣ ਪਹਿਲਾਂ ਆ ਕੇ ਦੇਖ ਕੇ ਇੱਥੇ ਕੰਮ ਕਰਾਉਣ ਜਿਹਨਾਂ ਨੇ ਗਲਤੀ ਕਰੀ ਆ ਉਹਦੇ 'ਤੇ ਕਾਰਵਾਈ ਹੋਵੇ ਸਾਡੀ ਇਹ ਮੰਗ ਆ ਇਹਦੀ ਸਾਡੇ ਪਿੰਡ ਦੇ ਸਰਪੰਚ ਨੇ ਜਿਹੜੇ ਫੋਨ ਕੀਤੇ ਨੇ ਉਹ ਕਹਿੰਦੇ ਜੇ ਉਹ ਟੁੱਟ ਜੂਗੀ ਉਦੋਂ ਅਸੀਂ ਉਦੋਂ ਦੱਸੋਗੇ ਟੁੱਟਣ ਦਾ ਨੁਕਸਾਨ ਨਹੀਂ ਹੋਊਗਾ ਜੀ ਟੁੱਟਣ ਦਾ ਨੁਕਸਾਨ ਸਾਡੇ ਪਿੰਡ ਦਾ ਹੀ ਹੋਏਗਾ ਸਾਰਾ ਪਿੰਡੇ ਚੱਕੇ ਦੱਸੂਗਾ ਜੇਕਰ ਟੁੱਟਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਪਿੰਡਾਂ ਦਾ ਨੁਕਸਾਨ ਹੋਊਗਾ ਇਹਦੇ ਮੇਨ ਤਾਂ ਨਾਲ ਗੋਬਿੰਦਗੜ੍ਹ ਸ਼ਹਿਰ ਹੈ ਜੀ ਤਲਵਾੜਾ ਡਢੇੜੀ ਕੋਟਲਾ ਜੰਡਾਲੀ ਸਜਾਦਪੁਰ ਘੱਟੋ ਘੱਟ 14-15 ਮਿੰਟ ਪੈਂਦੇ ਨੇ ਅਤੇ ਪਹਿਲਾਂ ਵੀ ਕਦੇ ਰਿਪੇਅਰ ਹੋਈ ਹੈ ਜੀ ਪਹਿਲਾਂ 2 ਸਾਲ ਪਹਿਲਾਂ ਰਿਪੇਅਰ ਹੋਈ ਹੈ ਜੀ ਓਕੇ ਜੀ ਉਹਦੇ ਵਿੱਚ ਪੱਥਰ ਪਾਇਆ
ਹੋਰ ਸਾਨੂੰ ਪਤਾ ਨਹੀਂ ਸਪਿੱਟ ਪਾਇਆ ਕਿ ਮਿੱਟੀ ਪਾਈ ਆ ਇਹਨੂੰ ਇਹਦਾ ਕੋਈ ਬੰਦੀ ਪਿਆ ਜੀ ਇਹ ਦੋ ਤਿੰਨ ਵਾਰ ਨਹਿਰ ਟੁੱਟ ਚੁੱਕੀ ਅਫਸਰ ਕੋਈ ਆਉਂਦਾ ਨਹੀਂ ਵੇਖਣ ਨਹੀਂ ਆਉਂਦਾ ਇੱਕ ਮੇਟ ਗੇੜਾ ਮਾਰ ਜਾਂਦਾ ਉਹ ਰੋਜ਼ ਫੋਟੋ ਖਿੱਚ ਕੇ ਪਾ ਦਿੰਦਾ ਕੋਈ ਅਫਸਰ ਨਹੀਂ ਆਇਆ ਹਾਲੇ ਤੱਕ ਨਾ ਕਿਸੇ ਆਪਣਾ ਐਮ ਐਲ ਏ ਤੱਕ ਕੋਈ ਪਹੁੰਚ ਕਿਸੇ ਨੇ ਕੀਤੀ ਨਹੀਂ ਅਤੇ ਅਫਸਰ ਉਹ ਆਉਂਦੇ ਨੇ ਸਾਨੂੰ ਜਾਂ ਉਹ ਸਗੋਂ ਅਫਸਰ ਅੱਗੋਂ ਇਹ ਗੱਲ ਆਉਂਦੇ ਨੇ ਵੀ ਜਦੋਂ ਪਾਣੀ ਬਾਹਰ ਨਿਕਲ ਗਿਆ ਜਦੋਂ ਬਾਹਰ ਨਿਕਲੇਗਾ ਫਿਰ ਸਾਨੂੰ ਦੱਸਣ ਜਦੋਂ ਬਾਹਰ ਨਿਕਲ ਗਿਆ ਫਿਰ ਤਾਂ ਫਿਰ ਅਸੀਂ ਡੁੱਬੀ ਜਾਣਾ ਮੈਂ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਕਿੰਨੇ ਕੁ ਪਿੰਡ ਲੱਗਦੇ ਨੇ ਨਾਲ ਕਿੰਨੇ ਕੁ ਪਿੰਡ ਲੱਗਦੇ ਨੇ ਨਾਲ ਜੀ ਪਿੰਡਾਂ ਸਾਰਾ ਹੁਸ਼ਿਆਰਪੁਰ ਤਲਵਾੜਾ ਹੈ ਮੰਡੀ ਗੋਬਿੰਦਗੜ੍ਹ ਹੈ ਰਿਮਟਲਾ ਸਾਰੇ ਮਤਲਬ ਪਿੰਡ ਤਾਂ ਕਈ ਲੱਗਦੇ ਨੇ ਨਾਲ ਜੀ ਪਹਿਲਾਂ ਵੀ ਕਦੇ ਰਿਪੇਅਰ ਹੋਈ ਹੈ ਜੀ ਪਹਿਲਾਂ ਰਿਪੇਅਰ ਹੋਈ ਹੈ ਜੀ ਪਿਛਲੇ ਸਾਲ ਪਿਛਲੇ ਸਾਲ ਵੀ ਰਿਪੇਅਰ ਹੋਈ ਹੈ ਉਦੋਂ ਪਿਛਲੇ ਸਾਲ ਵੀ ਹੋਈ ਹੈ ਪਰ ਉਹ ਥੈਲੇ 'ਚ ਭਰ ਕੇ ਰੱਖ ਜਾਂਦੇ ਨੇ ਰੇਤਾ ਬਜਰੀ ਭਰ ਕੇ ਸੀਮਿੰਟ ਵਿੱਚ ਪਾਉਂਦੇ ਨਹੀਂ ਰੇਤਾ ਬਜਰੀ ਭਰ ਕੇ ਧਰ ਦਿੰਦੇ ਨੇ ਉਹ ਜਦੋਂ ਪਾਣੀ ਦੀ ਛਲ ਵੱਜਦੀ ਹੈ ਥੈਲੇ ਪੜ ਜਾਂਦੇ ਨੇ ਰੇਤਾ ਬਜਰੀ ਰੁੜ ਜਾਂਦਾ ਉਹ ਥੈਲੇ ਗਿਰ ਜਾਂਦੇ ਨੇ ਫਿਰ ਪਾਣੀ ਛੱਲਾਂ ਮਾਰਦਾ ਮਿੱਟੀ ਨੂੰ ਆਹ ਦੋ ਤਿੰਨ ਢਿੱਗਾਂ ਮਿੱਟੀ ਦੀਆਂ ਵੀ ਉੱਪਰੋਂ ਡਿੱਗੀਆਂ ਹੈ ਦੋ ਤਿੰਨ ਢਿੱਗਾਂ ਡਿੱਗੀਆਂ ਨੇ ਉੱਪਰੋਂ ਮਹਿਕਮੇ ਆ ਕੋ ਆਉਂਦਾ ਨਹੀਂ ਠੀਕ ਹੈ ਕੀ ਮਸਲਾ ਤੁਹਾਡਾ ਹੈ ਜੀ ਇਹ ਜੀ ਨਹਿਰ ਸਾਡੀ ਟੁੱਟਣ ਨੂੰ ਤਿਆਰ ਹੈ ਕੋਈ ਅਫਸਰ ਉਰੇ ਆਉਣ ਨੂੰ ਤਿਆਰ ਨਹੀਂ 15 ਦਿਨ 10 ਦਿਨ ਦੇ ਅਸੀਂ ਪਿੱਛੇ ਪਿੱਛੇ ਫਿਰ ਰਹੇ ਹਾਂ ਕਹਿੰਦੇ ਆ ਵੀ ਜਾਂ ਟੁੱਟ ਜੂਗੀ ਅਸੀਂ ਆਪੇ ਦੇ ਪਾਣੀ ਨੇ ਲਾਗ ਯੂਨੀਵਰਸਿਟੀ ਹੈ ਪਿੰਡ ਹੈ ਸਾਰਾ ਨੀਵਾਂ ਪਾਸਾ ਹਟ ਜਾਣਾ ਸਭ ਨੇ ਡੁੱਬ ਜਾਣਾ ਬੁਰਾ ਹਾਲ ਹੈ ਕੋਈ ਅਫਸਰ ਤੋਂ ਉਹਨਾਂ ਨੂੰ ਕਿਹਾ ਕਿਹਨੂੰ ਕਿਹਨੂੰ ਫੋਨ ਕੀਤਾ ਤੁਸੀਂ ਕਿਹਨੂੰ ਕਿਹਨੂੰ ਜਾਣਕਾਰੀ ਦਿੱਤੀ ਜੀ ਬੇਲਦਾਰ ਸਾਹਿਬ ਨੂੰ ਵੀ ਕਹਿ ਲਿਆ ਐਸਟੀਓ ਸਾਹਿਬ ਨੂੰ ਵੀ ਕਹਿ ਲਿਆ ਐਕਸੀਅਨ ਸਾਹਿਬ ਨੂੰ ਵੀ ਕਹਿ ਲਿਆ ਜੇਈ ਸਾਹਿਬ ਨੂੰ ਵੀ ਕਹਿ ਲਿਆ ਜਿਹੜੇ ਇੱਥੇ ਜਿੰਨਿਆਂ ਨੂੰ ਸਾਨੂੰ ਜਾਣਕਾਰੀ ਅਸੀਂ ਸਭ ਨੂੰ ਮੱਥਾ ਮਾਰ ਲਿਆ ਕੋਈ ਅਤੇ ਕੋਈ ਮਤਲਬ ਕਿ ਸਰਕਾਰ ਦੁਆਰਾ ਵੀ ਕਿਸੇ ਐਮ ਐਲ ਏ ਜਾਂ ਕਿਸੇ ਵਿਧਾਇਕ ਨੂੰ ਜਾਂ ਕਿਸੇ ਉਹਨਾਂ ਨੂੰ ਕਿਹਾ ਕਿਸੇ ਨੂੰ